ਭੌਤਿਕ ਭੂਗੋਲ ਵਿੱਚ ਅਸੀਂ ਵਰਕ ਆਫ ਰਨਿੰਗ ਵਾਟਰ ਸ਼ੁਰੂ ਕੀਤਾ ਸੀ, ਨਦੀ ਦੇ ਕਾਰਜ, ਨਦੀ ਜਿਹੜੀ ਕਿ ਸਾਨੂੰ ਬੇਜਾਨ ਨਜ਼ਰ ਆਉਂਦੀ ਹੈ, ਧਰਤੀ ਦੀਆਂ ਥਲ ਰੂਪਾਂ ਨੂੰ ਹਮੇਸ਼ਾ ਹੀ ਸੰਤੁਲਨ ਕਰਨ ਦੇ ਕਾਰਜ ਵਿੱਚ ਲੱਗੀ ਰਹਿੰਦੀ ਹੈ। ਸੋ ਅਸੀਂ ਨਦੀ ਜਿਹੜੀ ਹੈ ਉਹ ਕਿਸ ਤਰ੍ਹਾਂ ਧਰਤੀ ਨੂੰ ਸੰਤੁਲਨ ਬਣਾਉਂਦੀ ਹੈ, ਇਸ ਦੇ ਬਾਰੇ ਵਿੱਚ ਜਾਣਾਂਗੇ ਕਿ ਕਿਹੜੀਆਂ ਕਿਹੜੇ ਪੜਾਅ ਹਨ ਜਾਂ ਕਿਹੜੀਆਂ ਸਟੇਜਿਸ ਹਨ ਜਿਨ੍ਹਾਂ ਦੇ ਵਿੱਚ ਧਰਤੀ ਜਿਹੜੀ ਨਦੀ ਹੈ ਉਹ ਗੁਜ਼ਰਦੀ ਹੈ। ਸੋ ਇਸ ਵਿੱਚ ਜਿਹੜੇ ਹਨ, ਸਭ ਤੋਂ ਪਹਿਲਾਂ ਅਸੀਂ ਤਿੰਨ ਅਵਸਥਾਵਾਂ ਦੀ ਗੱਲ ਕੀਤੀ ਸੀ। ਪਹਿਲਾਂ ਇਹ ਤੁਹਾਨੂੰ ਇਹ ਸਮਝਾਇਆ ਗਿਆ ਸੀ ਕਿ ਕਿਹੜੇ ਕਿਹੜੇ ਜਿਹੜੇ ਕਾਰਜ ਹਨ ਉਹ ਦਰਿਆ ਜਾਂ ਨਦੀ ਕਰਦੀ ਹੈ। ਸੋ ਜਿਹੜੀ ਜਿਹੜੇ ਦਰਿਆ ਹਨ ਉਹ ਅਪਰਦਨ, ਢੋਆ ਢੁਆਈ ਅਤੇ ਨਿਖੇਪਣ ਦੀ ਕਿਰਿਆ, ਇਹ ਤਿੰਨ ਮੇਨ ਕਿਰਿਆਵਾਂ ਹਨ ਜਿਨ੍ਹਾਂ ਦੇ ਆਧਾਰ ਦੇ ਉੱਤੇ ਹੀ ਅਸੀਂ ਤਿੰਨ ਅਵਸਥਾਵਾਂ ਜਿਹੜੀਆਂ ਹਨ ਉਹਨਾਂ ਨੂੰ ਬਿਆਨ ਕਰਾਂਗੇ ਕਿ ਇਹ ਤਿੰਨ ਅਵਸਥਾਵਾਂ ਕਿਹੜੀਆਂ ਕਿਹੜੀਆਂ ਹਨ। ਸਾਰਿਆਂ ਤੋਂ ਪਹਿਲਾਂ ਤਾਂ ਅਸੀਂ ਜਿੱਥੋਂ ਨਦੀ ਸ਼ੁਰੂ ਹੁੰਦੀ ਹੈ, ਜਿੱਥੋਂ ਨਦੀ ਸ਼ੁਰੂ ਹੁੰਦੀ ਹੈ ਉਸਨੂੰ ਅਸੀਂ ਕੀ ਕਹਿ ਦਿੰਦੇ ਹਾਂ, ਜਿਵੇਂ ਇੱਥੇ ਨਦੀ ਦਾ ਸਰੋਤ ਹੈ। ਦੇਖੋ ਬੇਟੇ, ਇਹ ਜਿਹੜਾ ਰੀਜਨ ਹੈ ਇੱਥੇ ਕੀ ਹੈ, ਬਰਫ਼ ਪਈ ਰਹਿੰਦੀ ਹੈ, ਬਰਫ਼ ਪਿਘਲਣ ਦੇ ਨਾਲ ਜਿਹੜੀ ਹੈ ਪਾਣੀ ਦੇ ਵਿੱਚ ਕਨਵਰਟ ਹੁੰਦਾ ਹੈ। ਤਾਂ ਨਦੀ ਦਾ ਸਰੋਤ ਜਿਹੜਾ ਹੈ ਉਹ ਕੀ ਹੋਇਆ, ਉਹ ਹਿਮ ਜਾਂ ਗਲੇਸ਼ੀਅਰ, ਇਹ ਨਦੀ ਦਾ ਸਰੋਤ। ਨਦੀ ਦਾ ਸਿਰ ਜਿਹੜਾ ਹੈ ਉਹ ਕਿੱਥੇ ਹੁੰਦਾ ਹੈ, ਅਸੀਂ ਇਹ ਕਹਿ ਲਈਏ ਦੂਸਰੇ ਸ਼ਬਦਾਂ ਦੇ ਵਿੱਚ, ਤਾਂ ਇਹ ਪਰਬਤਾਂ ਦੇ ਵਿੱਚ ਜਿੱਥੇ ਕਿ ਹਿਮ ਜੰਮੀ ਰਹਿੰਦੀ ਹੈ, ਉਹ ਹੀ ਪਿਘਲਣ ਦੇ ਨਾਲ ਜਿਹੜਾ ਹੈ ਪਾਣੀ ਮੁਹੱਈਆ ਹੁੰਦਾ ਹੈ, ਜਿਨ੍ਹਾਂ ਨਾਲ ਦਰਿਆ ਜਾਂ ਨਦੀਆਂ ਜਨਮ ਲੈਂਦੀਆਂ ਹਨ। ਸੋ ਪਹਿਲਾਂ ਹੈ ਸਰੋਤ, ਦੂਸਰਾ ਹੈ ਨਦੀ ਦੇ ਜਿੱਥੇ ਜਾ ਕੇ ਨਦੀ ਨੇ ਕੀ ਕਰਨਾ ਹੈ, ਇਹ ਸਮੁੰਦਰ ਦੇ ਵਿੱਚ ਡਿੱਗਣਾ ਹੈ। ਇੱਕ ਲੰਬਾ ਪੈਂਡਾ ਜਿਹੜਾ ਹੈ ਨਦੀ ਪਾਰ ਕਰਦੀ ਹੈ ਔਰ ਅਖੀਰ ਦੇ ਵਿੱਚ ਇਹ ਨਦੀ ਜਿਹੜੀ ਹੈ ਇਹ ਸਮੁੰਦਰ ਦੇ ਨਾਲ ਜਾ ਕੇ ਮਿਲਦੀ ਹੈ। ਉਹ ਇਲਾਕਾ ਜਿੱਥੇ ਨਦੀ ਸਮੁੰਦਰ ਦੇ ਵਿੱਚ ਡਿੱਗਦੀ ਹੈ ਉਹਨੂੰ ਅਸੀਂ ਕੀ ਕਹਿ ਦਿੰਦੇ ਹਾਂ, ਉਹਨੂੰ ਅਸੀਂ ਮੁਹਾਨਾ ਕਹਿ ਦਿੰਦੇ ਹਾਂ। ਸੋ ਇਹ ਸਰੋਤ ਤੋਂ ਲੈ ਕੇ ਮੁਹਾਨੇ ਤੱਕ ਨਦੀ ਕਿਹੜੇ ਪੜਾਵਾਂ ਦੇ ਵਿੱਚ ਦੀ ਗੁਜ਼ਰਦੀ ਹੈ, ਔਨ ਦਾ ਹੋਲ ਅਸੀਂ ਇਹਨੂੰ ਤਿੰਨ ਅਵਸਥਾਵਾਂ ਦੇ ਵਿੱਚ ਵੰਡ ਲੈਂਦੇ ਹਾਂ। ਕਿੰਨੇ ਅਵਸਥਾਵਾਂ 'ਚ ਵੰਡਣਾ ਹੈ, ਤਿੰਨ ਅਵਸਥਾਵਾਂ ਦੇ ਵਿੱਚ ਵੰਡ ਲੈਂਦੇ ਹਾਂ। ਸਾਰਿਆਂ ਤੋਂ ਪਹਿਲੀ ਜਿਹੜੀ ਅਵਸਥਾ ਹੈ ਉਹ ਕਿਹੜੀ ਅਵਸਥਾ ਹੈ, ਨੋਟ ਕਰੋ ਸਾਰੇ ਬੱਚੇ, ਯੁਵਾ ਅਵਸਥਾ, ਯੁਵਾ ਅਵਸਥਾ, ਯੂਥਫੁਲ ਸਟੇਜ। ਸੈਕਿੰਡ ਹੈ ਪ੍ਰੌੜ ਅਵਸਥਾ, ਮੈਚਿਓਰ ਸਟੇਜ। ਥਰਡ ਜਿਹੜੀ ਹੈ ਉਹ ਹੈ ਸਾਡੇ ਕੋਲ ਬਿਰਧ ਅਵਸਥਾ, ਓਲਡ ਸਟੇਜ। ਬਿਲਕੁਲ, ਕਿੰਨਾ ਕੁਦਰਤ ਦਾ ਬਣਾਇਆ ਹੋਇਆ ਨਿਯਮ ਹੈ। ਸਭ ਤੋਂ ਪਹਿਲਾਂ ਯੁਵਾ ਅਵਸਥਾ, ਦੂਜੀ ਜਿਹੜੀ ਪ੍ਰੌੜ ਅਵਸਥਾ ਅਤੇ ਤੀਸਰੀ ਬਿਰਧ ਅਵਸਥਾ। ਇਨਸਾਨ ਵੀ ਤਿੰਨ ਅਵਸਥਾਵਾਂ ਦੇ ਵਿੱਚ ਦੀ ਗੁਜ਼ਰਦਾ ਹੈ ਅਤੇ ਕੋਈ ਵੀ ਨੇਚਰ ਦਾ ਕੋਈ ਪਾਰਟ, ਕੋਈ ਕਾਰਕ ਜਿਹੜਾ ਹੈ ਉਹ ਵੀ ਇਹਨਾਂ ਤਿੰਨਾਂ ਅਵਸਥਾਵਾਂ ਦੇ ਵਿੱਚ ਦੀ ਗੁਜ਼ਰਦਾ ਹੈ। ਅਤੇ ਇੱਥੇ ਅਸੀਂ ਕੀ ਦੇਖਾਂਗੇ ਕਿ ਇਹ ਜਿਹੜਾ ਦਰਿਆ ਹੈ ਇਹ ਕਿਸ ਤਰ੍ਹਾਂ ਆਪਣੀ ਤਿੰਨ ਅਵਸਥਾਵਾਂ ਕਿੱਥੇ ਜਾ ਕੇ ਇਹਨਾਂ ਦੀਆਂ ਪੂਰੀਆਂ ਹੁੰਦੀਆਂ ਹਨ ਉਹਨਾਂ ਦੇ ਬਾਰੇ ਵਿੱਚ ਅਸੀਂ ਜਾਣਾਂਗੇ। ਪਰਬਤਾਂ ਤੋਂ ਲੈ ਕੇ ਪਰਬਤੀ ਇਲਾਕੇ ਦੇ ਵਿੱਚ ਦੀ ਗੁਜ਼ਰਦਾ ਹੋਇਆ ਪੈਰਾਂ ਤੱਕ ਦਾ ਇਲਾਕਾ ਜਿਹੜਾ, ਇਹ ਦੇਖੋ ਇਹ ਜਿਵੇਂ ਆਪਣੇ ਕੋਲ ਸ਼ਿਵਾਲਿਕ ਹਿਲਸ ਨੇ, ਠੀਕ ਹੈ, ਸਾਡੇ ਆਪਣੇ ਚੰਡੀਗੜ੍ਹ ਦੇ ਨਾਲ ਹੀ
ਜਿਹੜੀਆਂ ਨੇ ਪਹਾੜੀਆਂ ਨੇ ਉਹਨਾਂ ਨੂੰ ਅਸੀਂ ਕੀ ਕਹਿ ਦਿੰਦੇ ਹਾਂ, ਸ਼ਿਵਾਲਿਕ ਹਿਲਸ ਦਾ ਇਲਾਕਾ ਕਹਿ ਦਿੰਦੇ ਹਾਂ। ਛੋਟੀਆਂ ਛੋਟੀਆਂ ਪਹਾੜੀਆਂ ਤੋਂ ਸ਼ੁਰੂ ਹੁੰਦਾ ਹੋਇਆ ਬਹੁਤ ਉਚਾਈ ਤੇ ਜਾ ਕੇ ਵੱਡੇ ਵੱਡੇ ਪਹਾੜਾਂ ਵਿੱਚ ਜਿੱਥੇ ਹਿਮ ਜਿਹੜੀ ਹੈ ਗਲੇਸ਼ੀਅਰ ਜਿੱਥੇ ਪਾਏ ਜਾਂਦੇ ਹਨ ਉੱਥੋਂ ਤੱਕ ਦਾ ਇਲਾਕਾ ਜਿਹੜਾ ਹੈ ਉਹ ਜ਼ੋਨ 1 ਅਵਸਥਾ ਪਹਿਲੀ ਅਸੀਂ ਉਸਨੂੰ ਕਹਿੰਦੇ ਹਾਂ ਔਰ ਇਸ ਨੂੰ ਅਸੀਂ ਯੁਵਾ ਅਵਸਥਾ ਕਹਿੰਦੇ ਹਾਂ। ਸੋ ਬੱਚਿਓ ਤੁਹਾਨੂੰ ਸਮਝ ਆ ਗਈ ਹੋਏਗੀ ਕਿ ਪਹਾੜੀ ਇਲਾਕਾ ਅਤੇ ਪਹਾੜਾਂ ਦੇ ਪੈਰਾਂ ਤੱਕ ਦਾ ਇਲਾਕਾ ਜਿਹੜਾ ਹੈ ਜਿੱਥੋਂ ਮੈਦਾਨ ਸ਼ੁਰੂ ਹੁੰਦੇ ਹੋਣ ਉਹ ਯੁਵਾ ਅਵਸਥਾ ਹੈ। ਸੈਕਿੰਡ ਅਵਸਥਾ ਹੈ ਜਦੋਂ ਦਰਿਆ ਮੈਦਾਨੀ ਇਲਾਕੇ ਵਿੱਚ ਦਾਖਲ ਹੋ ਚੁੱਕਾ ਹੈ ਅਤੇ ਮੈਦਾਨੀ ਇਲਾਕੇ ਦੇ ਮੱਧ ਤੱਕ ਜਾਂਦਾ ਹੈ। ਠੀਕ ਹੈ ਬੇਟੇ, ਮੈਦਾਨੀ ਇਲਾਕੇ ਦੇ ਮੱਧ ਜਾਂ ਮਹਾਸਾਗਰਾਂ ਦੇ ਨੇੜੇ ਦਾ ਇਲਾਕਾ ਤੱਕ ਪਹੁੰਚਦਾ ਹੈ, ਉਸ ਨੂੰ ਅਸੀਂ ਸੈਕਿੰਡ ਅਵਸਥਾ ਕਹਿੰਦੇ ਹਾਂ। ਜਿਹੜੀ ਕਿ ਕਿਹੜੀ ਅਵਸਥਾ ਦੇ ਨਾਂ ਨਾਲ ਜਾਣੀ ਜਾਂਦੀ ਹੈ? ਮੈਚਿਓਰ ਸਟੇਜ ਦੇ ਨਾਂ ਨਾਲ ਜਾਣੀ ਜਾਂਦੀ ਹੈ। ਮੈਚਿਓਰ ਸਟੇਜ ਜਿਹੜੀ ਹੈ ਉਹ ਉਸਨੂੰ ਅਸੀਂ ਕੀ ਕਹਿੰਦੇ ਹਾਂ, ਪਰੋੜ, ਪੱਕ ਚੁੱਕੀ ਦਰਿਆ ਦੀ ਜਿਹੜੀ ਹੈ ਉਮਰ, ਪੱਕ ਚੁੱਕੀ ਉਮਰ ਜਿਹਦੇ ਵਿੱਚ ਦਰਿਆ ਮੈਚਿਓਰ ਸਟੇਜ ਦੇ ਵਿੱਚ ਹੁੰਦਾ ਹੈ। ਥਰਡ ਸਟੇਜ ਬੇਟੇ ਜਿਹੜੀ ਹੈ ਉਹ ਸਾਡੇ ਕੋਲ ਜਿੱਥੇ ਦਰਿਆ ਨੇ ਮਹਾਂਸਾਗਰਾਂ ਨੂੰ ਜਾ ਮਿਲਣਾ ਹੈ, ਉਹ ਇਲਾਕਾ ਜਿੱਥੇ ਕਿ ਦਰਿਆ ਮਹਾਂਸਾਗਰਾਂ ਨੂੰ ਮਿਲਦਾ ਹੈ, ਇਹ ਦਿਸ ਏਰੀਆ। ਸੋ ਮੈਦਾਨੀ ਇਲਾਕਾ, ਢਲਾਨ ਕਿੱਧਰ ਨੂੰ? ਮਹਾਂਸਾਗਰਾਂ ਵੱਲ ਨੂੰ ਢਲਾਨ, ਅਤੇ ਇਸ ਨੂੰ ਅਸੀਂ ਬਿਰਧ ਅਵਸਥਾ ਕਹਿੰਦੇ ਹਾਂ, ਦਰਿਆ ਦੀ ਬਿਰਧ ਅਵਸਥਾ, ਦੈਟ ਇਜ਼ ਕਾਲਡ ਓਲਡ ਸਟੇਜ ਆਫ ਅ ਰਿਵਰ। ਠੀਕ ਹੈ ਬੇਟੇ, ਓਲਡ ਸਟੇਜ ਆਫ ਅ ਰਿਵਰ, ਅਤੇ ਬਿਲਕੁਲ ਆਪਣੀ ਤਰ੍ਹਾਂ ਹੀ ਦਰਿਆ ਪੂਰੇ ਜੋਬਨ 'ਤੇ ਜਿਹੜਾ ਹੈ ਉਹ ਕਦੋਂ ਹੁੰਦਾ ਹੈ? ਪਹਿਲੀ ਅਵਸਥਾ ਦੇ ਵਿੱਚ, ਯੁਵਾ ਅਵਸਥਾ ਦੇ ਵਿੱਚ, ਜਿਹਦੇ ਵਿੱਚ ਉਹ ਬਹੁਤ ਉੱਚੀਆਂ ਉੱਚੀਆਂ ਪਹਾੜੀਆਂ ਨੂੰ ਪਾਰ ਕਰਦਾ ਹੋਇਆ, ਉਹਦੇ ਵਿੱਚ ਸ਼ਕਤੀ ਵੀ ਜ਼ਿਆਦਾ, ਉਹਦੇ ਵਿੱਚ ਉਹਦੀ ਸਪੀਡ ਵੀ ਜ਼ਿਆਦਾ। ਥਰਡ ਕਿਆ ਹੈ ਕਿ ਉਸਦਾ ਜਿਹੜਾ ਇਰੋਜਨਲ ਵਰਕ ਹੈ, ਕੰਮ ਕਰਨ ਦੀ ਕਸ਼ਮਤਾ ਜਿਹੜੀ ਹੈ, ਕੰਮ ਕਰਨ ਦੀ ਸਮਰੱਥਾ ਜਿਹੜੀ ਹੈ, ਉਹ ਦਰਿਆ ਦੀ ਸਭ ਤੋਂ ਜ਼ਿਆਦਾ ਯੁਵਾ ਅਵਸਥਾ ਦੇ ਵਿੱਚ ਹੁੰਦੀ ਹੈ। ਸੋ ਧਿਆਨ ਕਰ ਲੈਣਾ, ਤੁਹਾਨੂੰ ਮੈਂ ਪਿਛਲੇ ਲੈਕਚਰ ਦੇ ਵਿੱਚ ਇਹ ਦੱਸਿਆ ਸੀ ਕਿ ਅਪਰਦਨ ਜਿਹੜਾ ਹੈ, ਇਰੋਜਨ ਜਿਹੜਾ ਹੈ, ਉਹ ਦੋ ਤਰ੍ਹਾਂ ਦਾ ਹੁੰਦਾ ਹੈ। ਠੀਕ ਹੈ, ਇੱਕ ਹੈ ਸਾਡੇ ਕੋਲ ਵਰਟੀਕਲ ਇਰੋਜਨ, ਜਿਹੜਾ ਖੜਵੇਂ ਦਾਂ ਦਾ ਅਪਰਦਨ ਹੈ ਉਸਨੂੰ ਅਸੀਂ ਵਰਟੀਕਲ ਇਰੋਜਨ ਕਹਿੰਦੇ ਹਾਂ, ਅਤੇ ਜਿਹੜਾ ਪਾਸਿਆਂ ਦਾ, ਜਿਹੜਾ ਦਰਿਆ ਦੇ ਪਾਸਿਆਂ ਦਾ ਅਪਰਦਨ ਹੈ ਉਸਨੂੰ ਅਸੀਂ ਸਾਈਡਵੇਜ਼ ਇਰੋਜਨ ਕਹਿੰਦੇ ਹਾਂ। ਗਾਟ ਇਟ? ਤਾਂ ਇੱਥੇ ਜਿਹੜਾ ਪਹਿਲੀ ਸਟੇਜ ਦੇ ਵਿੱਚ ਪਹਿਲਾ ਇਰੋਜਨ ਜਿਹੜਾ ਹੈ ਉਹ ਕਿਹੜਾ ਹੈ? ਉਹ ਖੜਵੇਂ ਦਾ ਦਾ ਜਿਹੜਾ ਇਰੋਜਨ ਹੈ, ਅਪਰਦਨ ਹੈ, ਉਹ ਹੁੰਦਾ ਹੈ, ਜ਼ਿਆਦਾ ਹੁੰਦਾ ਹੈ। ਸੈਕਿੰਡ ਜਦੋਂ ਸਟੇਜ ਆਉਂਦੀ ਹੈ, ਢਲਾਨ ਘੱਟ ਜਾਂਦੀ ਹੈ, ਪਾਣੀ ਦੀ ਸਪੀਡ ਘੱਟ ਹੋ ਜਾਂਦੀ ਹੈ, ਤਾਂ ਪਰ ਫਿਰ ਵੀ ਇੱਥੇ ਵੀ ਕੰਮ ਕਰਨ ਦੀ ਸ਼ਕਤੀ ਜਿਹੜੀ ਹੈ ਉਹ ਪਾਸਿਆਂ ਦੀ ਬੇਟੇ ਜ਼ਿਆਦਾ ਰਹਿੰਦੀ ਹੈ, ਅਤੇ ਨਾਲ ਹੀ ਨਿਖੇਪਣ ਦਾ ਕੰਮ ਸ਼ੁਰੂ ਹੋ ਜਾਂਦਾ ਹੈ। ਠੀਕ, ਅਤੇ ਜਦੋਂ ਬੁੱਢੀ ਅਵਸਥਾ ਆਉਂਦੀ ਹੈ, ਬਿਰਧ ਅਵਸਥਾ ਆਉਂਦੀ ਹੈ, ਤਾਂ ਫਿਰ ਕੀ ਹੁੰਦਾ ਹੈ? ਦਰਿਆ ਕੋਲੋਂ ਉਹਦੇ ਵਿੱਚ ਇੰਨੀ ਜ਼ਿਆਦਾ ਸਮੱਗਰੀ ਜਿਹੜੀ ਹੈ ਆ ਜਾਂਦੀ ਹੈ, ਖੁਰਚਿਆ ਹੋਇਆ ਅਪਰਦਿਤ ਮਾਲ ਇੰਨਾ ਆ ਜਾਂਦਾ ਹੈ ਕਿ ਦਰਿਆ ਚੱਲ ਹੀ ਨਹੀਂ ਸਕਦਾ, ਉਹ ਹੌਲੀ ਹੌਲੀ ਜਿਹੜਾ ਹੈ ਵੱਲ ਪਾ ਕੇ ਚੱਲਣਾ ਸ਼ੁਰੂ ਕਰ ਦਿੰਦਾ। ਔਰ ਇਸ ਨੂੰ ਅਸੀਂ ਕਿਹੜੀ ਅਵਸਥਾ ਕਹਿੰਦੇ ਹਾਂ? ਬਿਰਧ ਅਵਸਥਾ ਕਹਿੰਦੇ ਹਾਂ। ਮੇਰੇ ਖਿਆਲ ਦੇ ਵਿੱਚ ਤੁਹਾਨੂੰ ਸਾਰਿਆਂ ਨੂੰ ਇਹਨਾਂ 'ਤੇ ਆਧਾਰਿਤ, ਕਿਉਂਕਿ ਸਾਰੇ ਫੀਚਰਸ ਹਨ ਜਿਹੜੇ ਬੱਚੇ ਨੂੰ ਇਹ ਬੇਸਿਕ ਜਿਹੜਾ ਹੈ ਇਸਦਾ ਸਮਝ ਆ ਗਿਆ ਹੋਵੇਗਾ, ਚੈਪਟਰ ਜਿਹੜਾ ਹੈ ਅੱਗੇ ਬਹੁਤ ਆਸਾਨ ਹੋ ਜਾਂਦਾ ਹੈ। ਹੁਣ ਅਸੀਂ ਦੇਖਾਂਗੇ ਕਿ ਪਹਿਲੀ ਸਟੇਜ ਯੁਵਾ ਅਵਸਥਾ ਦੇ ਵਿੱਚ
ਕਿਹੜੀਆਂ ਕਿਹੜੇ ਜਿਹੜੇ ਨੇ ਲੈਂਡਫਾਰਮਸ ਬਣਦੇ ਨੇ, ਭੂ ਆਕ੍ਰਿਤੀਆਂ ਕਿਹੜੀਆਂ ਕਿਹੜੀਆਂ ਬਣਦੀਆਂ ਹਨ, ਕਿਸ ਤਰ੍ਹਾਂ ਦੇ ਫੀਚਰਸ। ਅਸੀਂ ਜਦੋਂ ਪਹਾੜਾਂ ਦੇ ਵਿੱਚ ਜਾਂਦੇ ਹਾਂ ਅਸੀਂ ਦੇਖਦੇ ਹਾਂ ਕਿ ਕਿੰਨੀ ਸੋਹਣੀ ਜਿਹੜੀਆਂ ਮਨੋਰੰਜਕ ਔਰ ਖੂਬਸੂਰਤ ਵਾਦੀਆਂ ਦੇ ਵੱਲ ਔਰ ਉੱਥੇ ਜਿਹੜੇ ਫੀਚਰਸ ਹੁੰਦੇ ਨੇ ਉਹਨਾਂ ਨੂੰ ਦੇਖ ਕੇ ਹੈਰਾਨ ਹੁੰਦੇ ਹਾਂ। ਤਾਂ ਉਹ ਕਿਵੇਂ ਉਪਜਦੇ ਹਨ ਉਹਨਾਂ ਦੇ ਬਾਰੇ ਵਿੱਚ ਅਸੀਂ ਇੱਥੇ ਗੱਲ ਕਰਾਂਗੇ। ਸਾਰਿਆਂ ਤੋਂ ਪਹਿਲਾਂ ਅਸੀਂ ਵੱਧਦੇ ਹਾਂ ਕਿ ਜਦੋਂ ਦਰਿਆ ਪਹਾੜੀ ਇਲਾਕੇ ਦੇ ਵਿੱਚ ਹੁੰਦਾ ਹੈ ਤਾਂ ਉਸ ਦੇ ਵਿੱਚ ਕਿਉਂਕਿ ਉੱਚਾਈ ਤੋਂ ਪਾਣੀ ਡਿੱਗਦਾ ਹੈ, ਠੀਕ ਹੈ, ਉੱਚਾਈ ਤੋਂ ਪਾਣੀ ਡਿੱਗਦਾ ਹੈ ਤਾਂ ਲੰਬੇ ਦਾਹ ਦਾ ਅਪਰਦਨ ਜਿਹੜਾ ਹੈ ਉਹ ਸਭ ਤੋਂ ਵੱਧ ਹੁੰਦਾ, ਜਿਵੇਂ ਕਿ ਮੈਂ ਤੁਹਾਨੂੰ ਦੱਸਿਆ ਹੈ। ਇੱਕ ਜਗ੍ਹਾ ਦੇ ਉੱਤੇ ਪਾਣੀ ਦਾ ਡਿੱਗਣਾ ਉੱਥੇ ਜਿਹੜੀ ਘਾਟੀ ਹੈ ਉਸਨੂੰ ਕੀ ਕਰਦਾ ਰਹਿੰਦਾ, ਡੂੰਘਾ ਕਰਦਾ ਰਹਿੰਦਾ ਹੈ, ਠੀਕ ਹੈ। ਇੱਕ ਜਗ੍ਹਾ ਦੇ ਉੱਤੇ ਪਾਣੀ ਦਾ ਆ ਕੇ ਗਿਰਨਾ ਉਹ ਲੰਬੇ ਦਾਹ ਦੇ ਅਪਰਦਨ ਨੂੰ ਉਤਸ਼ਾਹਿਤ ਕਰਦਾ ਹੈ ਔਰ ਲੰਬੇ ਦਾਹ ਦਾ ਅਪਰਦਨ ਦੇ ਨਾਲ ਕੀ ਬਣਦੀਆਂ ਹਨ, ਗੋਰਜਸ ਬਣਦੀਆਂ ਹਨ, ਜਿਨ੍ਹਾਂ ਨੂੰ ਅਸੀਂ ਖੱਡ ਵੀ ਕਹਿੰਦੇ ਹਾਂ, ਜਿਵੇਂ ਤੁਸੀਂ ਪੰਜਾਬੀ ਦੇ ਵਿੱਚ ਖੱਡ ਕਹਿ ਲਓ, ਡੂੰਘੀ ਪੁੱਟੀ ਹੋਈ ਖੱਡ, ਇਸ ਤਰ੍ਹਾਂ ਦਾ ਫੀਚਰ ਤੁਹਾਨੂੰ ਮਿਲਦਾ। ਇਹ ਜਿਹੜਾ ਪਿਕਚਰ ਹੈ ਇਸ ਦੇ ਵਿੱਚ ਜਿਹੜਾ ਹੈ ਇਹ ਤੁਹਾਨੂੰ ਦਰਿਆ ਪਿੱਛੇ ਵੱਖ ਵੱਖ ਜਗ੍ਹਾ ਤੋਂ ਬਣਿਆ ਹੋਇਆ, ਜਦੋਂ ਪਹਿਲੇ ਜਿਹੜਾ ਲੈਕਚਰ ਸੀ ਉਹਦੇ ਵਿੱਚ ਦਰਿਆ ਕਿਵੇਂ ਬਣਦਾ ਹੈ ਉਸਦੇ ਬਾਰੇ ਵਿੱਚ ਦੱਸਿਆ ਸੀ। ਅਤੇ ਇਹ ਦਰਿਆ ਬਣਨ ਤੋਂ ਬਾਅਦ ਜਿਹੜਾ ਹੈ ਇੱਕ ਜਗ੍ਹਾ ਦੇ ਉੱਤੇ ਡੂੰਘੀ ਖੱਡ ਜਿਹੜੀ ਹੈ ਉਹ ਪੁੱਟੀ ਜਾ ਰਹੀ ਹੈ, ਕਿਉਂਕਿ ਇੱਥੇ ਜਿਹੜਾ ਹੈ ਜ਼ਿਆਦਾ ਜਿਹੜੀ ਹੈ ਸਾਨੂੰ ਉੱਚਾਈ ਤੋਂ ਇੱਥੇ ਤੇ ਨਹੀਂ ਅੱਗੇ ਜਿਹੜਾ ਹੈ ਇਸ ਤੋਂ ਬਾਅਦ ਉੱਚਾਈ ਤੋਂ ਪਾਣੀ ਡਿੱਗਦਾ ਹੋਇਆ ਨਜ਼ਰ ਆਉਂਦਾ ਹੈ। ਇਹਦੇ ਭਾਰਤ ਦੇ ਵਿੱਚ ਸਾਡੇ ਕੋਲ ਸਤਲੁਜ ਹੈ, ਨਰਮਦਾ ਨਦੀਆਂ ਹਨ, ਇੱਥੇ ਬਹੁਤ ਜ਼ਿਆਦਾ ਜਦੋਂ ਜਾਂਦੇ ਹਾਂ ਤਾਂ ਖੱਡ ਜਿਹੜੀ ਹੈ ਉਹ ਅਸੀਂ ਬਹੁਤ ਜ਼ਿਆਦਾ ਦੇਖਣ ਨੂੰ ਪਹਾੜੀ ਇਲਾਕੇ ਦੇ ਵਿੱਚ ਮਿਲਦੀ ਹੈ। ਇਹ ਤੇ ਬੇਟੇ ਸੀ ਸਾਡੇ ਕੋਲ ਗੋਰਜਸ। ਦੂਜੇ ਸਾਡੇ ਕੋਲ ਕੀ ਆ ਗਏ, ਕੈਨੀਅਨਸ, ਠੀਕ। ਕੈਨੀਅਨਸ ਜਿਹੜੇ ਨੇ ਇਹ ਕੈਨੀਅਨਸ ਦੇ ਨਾਂ ਨਾਲ ਹੀ ਮਸ਼ਹੂਰ ਨੇ ਔਰ ਤੁਹਾਨੂੰ ਸਮਝਾਉਣ ਦੇ ਲਈ ਅਸੀਂ ਇਸਨੂੰ ਜਦੋਂ ਹੋਰ ਜ਼ਿਆਦਾ ਇੱਕ ਜਗ੍ਹਾ ਦੇ ਉੱਤੇ ਜਿਹੜੀ ਖੱਡ ਹੈ ਉਹ ਹੋਰ ਜ਼ਿਆਦਾ ਉੱਥੇ ਇਰੋਜਨ ਹੋ ਜਾਵੇ, ਲੰਬੇ ਦਾਹ ਦਾ ਅਪਰਦਨ ਜਦੋਂ ਜਿੱਥੇ ਗੋਰਜਸ ਬਣੇ ਹੋਣ, ਜਿੱਥੇ ਖੱਡਾਂ ਹੋਣ ਉਸਦੇ ਵਿੱਚ ਜ਼ਿਆਦਾ ਹੋ ਜਾਵੇ ਤੇ ਕੀ ਹੋਵੇ, ਉਹਦੇ ਨਾਲ ਇੱਕ ਲੰਬੀ ਡੂੰਘੀ ਤੇ ਸੌੜੀ ਘਾਟੀ ਦਾ ਨਿਰਮਾਣ ਹੋ ਜਾਵੇ। ਲੰਬੀ ਹੋਵੇ, ਡੂੰਘੀ ਵੀ ਇੱਕ ਜਗ੍ਹਾ ਤੇ ਜ਼ਿਆਦਾ ਹੋਵੇ, ਇਸ ਤਰ੍ਹਾਂ ਦੀਆਂ ਜਿਹੜੀਆਂ ਘਾਟੀਆਂ ਹਨ ਉਹਨਾਂ ਨੂੰ ਅਸੀਂ ਕੀ ਕਹਿ ਦਿੰਦੇ ਹਾਂ, ਕੈਨੀਅਨਸ ਕਹਿੰਦੇ ਹਾਂ। ਸੋ ਪਹਿਲਾ ਫੀਚਰ ਕਿਹੜਾ ਸੀ, ਗੋਰਜਸ, ਨੰਬਰ 2 ਦੇ ਉੱਤੇ ਕੈਨੀਅਨਸ। ਵਰਲਡ ਦੇ ਵਿੱਚ ਸਭ ਤੋਂ ਜ਼ਿਆਦਾ ਫੇਮਸ ਕੋਲੋਰੈਡੋ ਨਦੀ ਦਾ ਕੈਨੀਅਨ ਹੈ, ਜਿਹਨੂੰ ਜਿਹੜਾ ਕਿ ਪੂਰੇ ਵਿਸ਼ਵ ਦੇ ਵਿੱਚ ਗ੍ਰੈਂਡ ਕੈਨੀਅਨ ਦੇ ਨਾਂ ਦੇ ਨਾਲ ਮਸ਼ਹੂਰ ਹੈ। ਵਟ ਇਟਸ ਕਾਲਡ, ਗ੍ਰੈਂਡ ਕੈਨੀਅਨ। ਅਤੇ ਕਿੰਨੇ ਕਿਲੋਮੀਟਰ ਲੰਬਾ ਅਤੇ ਡੂੰਘਾ ਹੈ, 4800 ਕਿਲੋਮੀਟਰ ਲੰਬਾ ਅਤੇ 200 ਮੀਟਰ ਡੂੰਘੇ ਜਿਹੜੀ ਖੱਡ ਹੈ ਇਸ ਨੂੰ ਅਸੀਂ ਕੈਨੀਅਨ USA ਦੇ ਵਿੱਚ ਗ੍ਰੈਂਡ ਕੈਨੀਅਨ ਦੇ ਨਾਂ ਦੇ ਨਾਲ ਜਾਣੀ ਜਾਂਦੀ ਹੈ। ਸੋ ਇਹ ਐਗਜ਼ਾਮਪਲ ਤੁਸੀਂ ਬੇਟੇ ਯਾਦ ਕਰਨੀ ਹੈ, ਐਗਜ਼ਾਮ ਦੇ ਵਿੱਚ ਜੇਕਰ ਕੁਐਸਚਨ ਆਉਂਦਾ ਹੈ ਕਿ ਕੈਨੀਅਨ ਦੇ ਉੱਤੇ ਨੋਟ ਲਿਖੋ ਤਾਂ ਤੁਸੀਂ ਡਾਇਗ੍ਰਾਮ ਵੀ ਬਣਾਉਣਾ ਹੈ, ਪਲੱਸ ਤੁਸੀਂ ਉਸਨੂੰ ਸਮਝਾਉਂਦੇ ਹੋਏ ਨਾਲ ਉਦਾਹਰਣ ਵੀ ਜ਼ਰੂਰ ਦੇਣੀ ਹੈ, ਠੀਕ ਹੈ। ਇਹ 2 ਨੰਬਰ ਦਾ ਕੁਐਸਚਨ ਜਿਹੜਾ ਹੈ, ਇਸ ਤਰ੍ਹਾਂ ਦੇ ਜਿੰਨੇ ਵੀ ਫੀਚਰਸ ਨੇ ਨਾ ਬੇਟੇ ਇਹ 2-2 ਨੰਬਰ ਦੇ ਕੁਐਸਚਨ ਆ ਸਕਦੇ ਹਨ। ਨੈਕਸਟ ਹੈ ਸਾਡੇ ਕੋਲ 20 ਆਕਾਰੀ ਘਾਟੀਆਂ। ਕਿਹੜੀਆਂ ਘਾਟੀਆਂ, 20 ਆਕਾਰੀ ਘਾਟੀਆਂ। ਕੀ ਹੁੰਦਾ ਹੈ ਕਿ ਇੱਕ ਜਗ੍ਹਾ ਦੇ ਉੱਤੇ ਅਪਰਦਨ ਲਗਾਤਾਰ ਹੋ ਜਾਣ ਨਾਲ ਘਾਟੀ ਜਿਹੜੀ ਹੈ ਡੂੰਘੀ ਹੋਣ ਦੇ ਨਾਲ ਨਾਲ ਕੀ ਹੋ ਜਾਂਦੀ ਹੈ, ਚੌੜੀ ਵੀ ਹੋ ਜਾਂਦੀ ਹੈ। ਇਹ ਦੇਖੋ ਇਸ ਜਗ੍ਹਾ ਦੇ ਉੱਤੋਂ ਤੁਹਾਨੂੰ ਘਾਟੀ ਜਿਹੜੀ ਹੈ
और किसी टाइम दे विच हजारां साल पहले ये जड़ी है ये नेड़े होएगी। क्यों? क्योंकि जदों लंबे दा दे अपरदन दे नाल पासियां दा अपरदन भी शुरू हो जावे, ठीक है, पर्बतां दे पासियां दा अपरदन, ते उतों की हो जाएगा, जिहड़े पर्बत हन ओह उन्हां दे जिहड़ा है ओह चौड़े भी नाल हो जाणगे, डूंगे हन ते नाल ही चौड़े हन। ते इस तरह की घाटी जदों बनती है ते ये सानू वी शेप दी, इंग्लिश दे वर्ड वी वांगू लगती है, लुक, ठीक है, इन्हां नू असी वी शेप वैलीज कहिंदे हां। सो ये तिन्ने ही फॉर्म जिहड़ियां ने ये जिहड़ियां लंबे दादे अपरदन नाल बनदियां हन, ठीक है, याद रखोगे लंबे दादा अपरदन, तीन फीचर्स जिहड़े किते गॉर्जस कैनियंस वी शेप वैलीज। नैक्सट है साडे कोले झरने, आम ही देखे ने पहाड़ां दे विच जांदे होए झरने जिथे भी होण ते उत्थे जिहड़ा है बहुत ही सुंदर नज़ारा हुंदा है, ਉਹ ਕਿਵੇਂ ਬਣਦਾ ਹੈ ਬੇਟੇ? ਕੀ ਹੁੰਦਾ ਹੈ ਕਿ ਜਦੋਂ ਪਹਾੜਾਂ ਦੇ ਵਿੱਚ ਉੱਪਰ ਵਾਲੀ ਜਿਹੜੀ ਚਟਾਨ ਹੈ ਨਾ, ਜਿਹੜੀ ਆਹ ਜਿੱਥੋਂ ਤੁਸੀਂ ਦੇਖ ਰਹੇ ਹੋ ਜਿੱਥੋਂ ਝਰਨਾ ਇਹ ਚੱਲ ਰਿਹਾ ਹੈ, ਇੱਥੇ ਉਹ ਥਾਂ ਜਿੱਥੇ ਕਿ ਉੱਪਰਲੀ ਸਾਈਡ ਦੇ ਉੱਤੇ ਉੱਪਰ ਕਠੋਰ ਚਟਾਨਾਂ ਹੋਣ, ਕਿਹੜੀਆਂ ਚਟਾਨਾਂ ਹੋਣ? ਕਠੋਰ ਚਟਾਨਾਂ ਹੋਣ, ਅਤੇ ਇਹ ਸਾਰੀਆਂ ਜਿਹੜੀਆਂ ਨੇ ਥੱਲੇ ਤੱਕ, ਇਹ ਦੇਖ ਰਹੇ ਹੋ ਇਹ ਅੰਦਰ ਵਾਲੀ ਸਾਈਡ ਜਿਹੜੀ ਹੈ ਇੱਥੇ ਇਰੋਜਨ ਹੋਇਆ ਹੋਇਆ ਹੈ, ਇਹ ਅਪਰਦਿਤ ਹੋਇਆ ਹੋਇਆ ਹੈ। ਕਾਹਦੇ ਨਾਲ ਹੀ ਪਰਦਿਤ ਹੋਇਆ? ਕਿ ਇਹ ਉੱਪਰ ਸਖ਼ਤ ਚਟਾਨ ਸੀ, ਠੀਕ, ਸਖ਼ਤ ਚਟਾਨ ਕਿਹਦੀ ਹੋਏਗੀ? ਅਗਨੀ ਚਟਾਨਾਂ ਦੀ ਹੋਏਗੀ, ਗ੍ਰੇਨਾਈਟ ਹੋਏਗਾ, ਬਸਾਲਟ ਹੋਏਗੀ, ਜਿਹੜਾ ਕਿ ਜ਼ਿਆਦਾ ਜਲਦੀ ਅਪਰਦਿਤ ਨਹੀਂ ਹੁੰਦੀ। ਆਪਾਂ ਪੜ੍ਹੀਆਂ ਨੇ ਚਟਾਨਾਂ, ਉਹਨਾਂ ਨੂੰ ਥੋੜ੍ਹਾ ਜਿਹਾ ਜ਼ਹਿਨ ਵਿੱਚ ਲੈ ਕੇ ਆਓ ਕਿ ਉਹ ਚਟਾਨਾਂ ਗ੍ਰੇਨਾਈਟ ਬਸਾਲਟ ਵਰਗੀਆਂ ਚਟਾਨਾਂ ਜਦੋਂ ਉੱਪਰ ਹੋਣ ਅਤੇ ਰੇਤ ਦੇ ਪੱਥਰ ਜਾਂ ਕੋਈ ਹੋਰ ਸੈਡੀਮੈਂਟਰੀ ਰੌਕਸ ਤਹਿਦਾਰ ਚਟਾਨਾਂ ਜਿਹੜੀਆਂ ਨੇ ਉਹ ਥੱਲੇ ਆ ਜਾਣ, ਤਹਿਦਾਰ ਚਟਾਨਾਂ ਦੇ ਉੱਤੇ ਅਪਰਦਨ ਹੁੰਦਾ ਜਾਵੇ ਅਤੇ ਇਹ ਸਾਡੇ ਕੋਲ ਇੱਕ ਪਲੈਟਫਾਰਮ ਦੀ ਤਰ੍ਹਾਂ ਸਾਨੂੰ ਬਣਿਆ ਹੋਇਆ ਦਿਸੇ। ਇੱਥੇ ਪਲੈਟਫਾਰਮ ਤੋਂ ਜਦੋਂ ਪਾਣੀ ਨੀਚੇ ਡਿੱਗਦਾ ਹੈ ਤਾਂ ਅਸੀਂ ਉਸਨੂੰ ਕੀ ਕਹਿੰਦੇ ਹਾਂ? ਵਾਟਰ ਫਾਲਸ ਕਹਿੰਦੇ ਹਾਂ। ਕੀ ਕਹਿੰਦੇ ਹਾਂ? ਵਾਟਰ ਫਾਲਸ, ਠੀਕ ਹੈ ਬੇਟੇ। ਇਹ ਵਾਟਰਫਾਲਸ ਜਿਹੜੇ ਨੇ ਸੋ ਕਠੋਰ ਅਤੇ ਨਰਮ ਚਟਾਨਾਂ ਦੀ, ਕਠੋਰ ਚਟਾਨਾਂ ਦੀ ਪਰਤ ਨਰਮ ਚਟਾਨਾਂ ਦੇ ਉੱਪਰ ਹੁੰਦੀ ਹੈ, ਯਾਦ ਰੱਖਣਾ ਹੈ। ਵਰਲਡ ਦੇ ਵਿੱਚ ਸਭ ਤੋਂ ਜ਼ਿਆਦਾ ਸੁੰਦਰ ਜਿਹੜੇ ਨੇ ਉਹ USA ਦੇ ਵਿੱਚ ਨਿਆਗਰਾ ਫਾਲਸ ਹਨ, ਜਿਹੜੇ ਕਿ ਸੰਸਾਰ ਪ੍ਰਸਿੱਧ ਹਨ, ਠੀਕ ਹੈ। 51 ਮੀਟਰ ਉਚਾਈ ਤੋਂ ਡਿੱਗਦੇ ਔਰ ਬਹੁਤ ਸਾਰੇ ਇੱਥੇ ਰੈਪਿਡਸ ਵੀ ਬਣਦੇ ਹਨ। ਅੱਗੇ ਤੁਸੀਂ ਆਪਾਂ ਚਾਲਾਂ ਵੱਲੀ ਵਧਾਂਗੇ ਤਾਂ ਉੱਥੇ ਬਹੁਤ ਸਾਰੇ ਰੈਪਿਡਸ ਵੀ ਬਣਦੇ ਹਨ ਔਰ ਬਹੁਤ ਖੂਬਸੂਰਤ ਜਿਹੜਾ ਹੈ ਨਿਆਗਰਾ ਫਾਲਸ ਹਨ USA ਐਂਡ ਕੈਨੇਡਾ ਦੀ ਬਾਉਂਡਰੀ ਦੇ ਉੱਤੇ। ਔਰ ਇਸੇ ਤਰ੍ਹਾਂ ਸਾਡੇ ਕੋਲ ਜਿਹੜੀ ਨਰਮਦਾ ਨਦੀ ਹੈ ਉੱਥੇ ਜਿਹੜਾ ਝਰਨਾ ਹੈ ਉਹ 100 ਫੁੱਟ ਉਚਾਈ ਤੋਂ ਹੈ, ਪਾਣੀ ਜਿਹੜਾ ਨੀਚੇ ਗਿਰਦਾ ਹੈ। ਅਤੇ ਬਾਕੀ ਅਸੀਂ ਪਹਾੜਾਂ ਦੇ ਵਿੱਚ ਆਮ ਹੀ ਵਾਟਰਫਾਲਸ ਜਿਹੜੇ ਨੇ ਉਹ ਦੇਖਦੇ ਹਾਂ। ਨੈਕਸਟ ਹੈ ਸਾਡੇ ਕੋਲ ਚਾਲ। ਚਾਲਾਂ ਕੀ ਹੁੰਦੀਆਂ ਹਨ? ਕਿਸੇ ਪਹਾੜੀ ਇਲਾਕੇ ਦੇ ਵਿੱਚ ਜਦੋਂ ਕਿੰਨੇ ਸਾਰੇ ਛੋਟੇ ਛੋਟੇ ਝਰਨੇ ਸਾਨੂੰ ਨਜ਼ਰ ਆਉਣ, ਕਦੇ ਦੇਖੇ ਨੇ? ਬਹੁਤ ਜਗ੍ਹਾ ਇਸ ਤਰ੍ਹਾਂ ਦੀਆਂ ਹੁੰਦੀਆਂ ਹਨ ਜਿੱਥੇ ਕਿ ਸਾਨੂੰ ਝਾਲਾਂ ਨਜ਼ਰ ਆਉਂਦੀਆਂ ਹਨ, ਝਾਲਾਂ ਵਰਗੇ, ਜਿਵੇਂ ਝਾਲਰ ਕਹਿੰਦੇ ਹਾਂ ਅਸੀਂ। ਕੀ ਹੁੰਦਾ? ਕਿ ਕਠੋਰ ਅਤੇ ਨਰਮ ਚਟਾਨਾਂ ਜਦੋਂ ਇੱਕ ਦੂਜੇ ਦੇ ਉੱਪਰ ਵਿਛੀਆਂ ਹੋਣ, ਇੱਧਰ ਇਸ ਪਿਕਚਰ ਦੇ ਵੱਲ ਦੇਖੋ ਤੁਸੀਂ ਜ਼ਰਾ, ਕੀ ਹੈ? ਹੋਰੀਜੋਂਟਲ ਵੇ ਦੇ ਵਿੱਚ, ਖਿਤਿਜੀ ਰੂਪ ਦੇ ਵਿੱਚ ਕੀ ਪਈਆਂ ਹਨ? ਉੱਪਰ ਸਾਡੇ ਕੋਲ ਕੀ ਹੈ? ਇੱਥੇ ਸਖ਼ਤ ਚਟਾਨ ਹੈ, ਫਿਰ ਇਹ ਨੀਚੇ ਨਰਮ ਚਟਾਨ ਹੈ। ਮੈਂ ਜਸਟ ਆਈ ਐਮ ਗਿਵਿੰਗ ਦਿਸ ਐਗਜ਼ਾਮਪਲ ਐਂਡ ਕੀਪ ਇਟ ਇਨ ਮਾਇੰਡ ਕਿ ਇਹ ਛੋਟੇ ਜਿਹੇ ਝਰਨੇ ਦੀ ਇੱਥੋਂ ਤੱਕ ਦੀ ਗੱਲ ਕਰ ਰਹੀ ਹਾਂ ਮੈਂ। ਕੀ ਹੈ? ਉੱਪਰ ਸਾਡੇ ਕੋਲ ਸਖ਼ਤ ਚਟਾਨ ਹੈ ਔਰ ਇੱਥੇ ਇਸ ਜਗ੍ਹਾ ਦੇ ਉੱਤੇ ਸਾਡੇ ਕੋਲ ਨਰਮ ਚਟਾਨ ਹੈ। ਫਿਰ ਸਾਡੇ ਕੋਲ ਕੀ ਹੈ? ਇਸ ਜਗ੍ਹਾ ਦੇ ਉੱਤੇ ਸਖ਼ਤ ਚਟਾਨ ਹੈ,
फिर साढ़े को इस जगह दे उते नरम चट्टान है। ठीक, भाव की होया जदों नरम अते सख्त चट्टाना, सख्त चट्टान उपर होवे, सख्त चट्टान अते नरम चट्टान हॉरीजेंटल वे दे विच पईयां होन और बहुत सारियां होन, उहदे विच सख्त चट्टान अपरदित ना होवे ते नरम चट्टान जिहड़ी है वह जल्दी नाल अपरदित हो जावे, फिर सख्त चट्टान अगे अपरदित ना होवे, एक छोटा जिहा प्लेटफॉर्म बन जाए, फिर नरम चट्टान, और इको जे आकार दियां पईयां होन तां होर भी ज़्यादा खूबसूरत लगदियां हन। जदों छोटे छोटे इस तरह झरनियां दी लड़ी तुहानूं दिसदी है, उहनां नूं असीं की कहिंदे हां, झालां कहिंदे हां। सो इत्थे तुहाडे कोले तीन झालां जिहड़ियां ने नज़र आ रहियां, वन सख्त चट्टान, नरम चट्टान इत्थे अंदर नूं परदित होया दिस रहा, फिर ये एक प्लेटफॉर्म दिस रहा सख्त चट्टान दा, इत्थे फिर नरम चट्टान है अपरदित हो गई है तो वाटरफॉल बन गया, फिर साढ़े को थर्ड जड़ा है वो इस जगह दे उत्ते सख्त चट्टान है, फिर ए वाला एरिया जड़ा है ये नरम चट्टान का एरिया है, ये तुहानू सख्त चट्टान छोटी जी खड़ी हुई नज़र आ रही है। सो दिस दीज आर कॉल्ड रैपिड्स। ये कित्थे हन? ये कांगो नदी, कांगो कित्थे है? अफ्रीका दे विच, ठीक है, अफ्रीका महाद्वीप दे विच कांगो नदी दे विच लिंकस्टोन ना फॉल्स है जेडे के 32 झरनियां दी लड़ी है, 32 जेडे रैपिड्स हन झरने हन ओ तुहानू छोटे 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 किन्ने 32 ए तुहानू नज़र आउंदे हन। इन्ना ए इस तरह दा खूबसूरत नज़ारा जेड़ा है ओ तुहानू कांगो अफ्रीका दे विच देखन नू मिलदा है। नैक्सट है साढ़े कोले के प्लंज पूल बन जाना, जिथे झरना दा पानी उचाई तो आके थले गिरदा है तां जेड़ी जगह दे उते आके गिरिया, जे आपां हुण तुसी देखो बरसातां दा मौसम है तां बरसातां दे मौसम दे विचों बहुत उचाई तो जदों अपने जड़ियां हन छत्तां तो पानी नीचे डिगदा, जिथे डिगदा हुंदा है सीधा आके नीचे गिर रहा हुंदा पर नाले ना होण तां, ते उत्थे की है तुहानू टोया पिया होया नज़र आंदा है। इसे नूं ही हुण वड्डे तौर दे उत्ते सोचो कि जदों झरनियां दा पानी एक ही जगह दे उत्ते थले आके पूरे प्रैशर दे नाल स्पीड दे नाल धरती जिहड़ी जिस जगह दे उत्ते आके लगदा उत्थे बहुत ही ज़्यादा अपरदन जिहड़ा है अपरदन हो जाता है। सो ये अपरदन जिहड़ा है इस दे नाल टोए पै जांदे हन जिथे झरने दा पानी आके डिगदा है। वड्डे वड्डे टोयां नूं डूंगे खड्डियां नूं असी की कहिंदे हां, इंग्लिश दे विच प्लंज पूल दे नाम नाल जाने जांदे हन। सो किन्ने जल ए याद करना सौखा हो जाएगा, झरनियां नाल किन्ने फीचर्स तुहाडे कोले हो गए, पहलां आ गए वाटरफॉल्स, फिर तुहाडे कोले आ गए रैपिड्स, एंड थर्ड तुहाडे कोले आ गए जल टोए जिन्हां नूं असीं की कह दिंदे हां प्लंज पूल्स भी कह दिंदे हां, पूल दी तरह हुंदा, ठीक है ना, स्विमिंग पूल जिवें आपां कहिंदे हां, ऐ बहुत वड्डे जिहड़ा है चौड़े भी बहुत हुंदे हन डूंघे भी हुंदे हन तां स्विमिंग पूल्स दी तरह बाद दे विच नज़र आउंदे हन। ए ते सी बच्चो कि पहली स्टेज युवा अवस्था जवानी दी स्टेज नदी दी, हुण की है नदी ने लंबे दादा परदन ते पासियां दा परदन कर लिया है, उहदे कोल हुण खुरच के लियांदा होया माल उहनूं मैं की कहनी हां अपरदित समगरी। हुण खुरच जिहड़ा माल खुरचिया जांदा उह किस तरह दा हुंदा है की होएगा तुहानूं सारिआं नूं पता है, उहदे विच चट्टानां दे टुकड़े होणगे, उहदे विच बनस्पती होएगी, ठीक है, थर्ड की होएगा उहदे विच जिहड़े हन मिट्टी होएगी और छोटे छोटे कणा तो लैके वड्डे वड्डे बोल्डर्स जिहड़े ने चट्टानी टुकड़े हन उह तुहानू देखण नू मिलणगे। इह सारी जिहड़ी है नदी अपने नाल ढो के लियाउंदी है, तां इहदे विच इक कारज जे हुण इक जगह दे उत्ते अपरदन हुंदा जावे ते की उह उत्थे जिहड़ा है इक संपूर्ण कारज हो सकदा है, नहीं हो सकदा। जिन्नी देर तक असीं उहनूं एक जगह तो दूसरी जगह तक लैके नहीं जाते, असी ढोवा ढोआई का कार्य जिहड़ा है वह नहीं करते,
ਨਦੀ ਦੀ ਢੋਆ ਢੁਆਈ ਦਾ ਕਾਰਜ ਜਿਹੜਾ ਹੈ ਅਪਰਦਿਤ ਸਮੱਗਰੀ ਦੇ ਉੱਤੇ ਡਿਪੈਂਡ ਕਰਦਾ ਹੈ। ਤਾਂ ਕਿਵੇਂ ਕਿਵੇਂ ਉਹ ਢੋਆ ਢੁਆਈ ਦੇ ਵਿੱਚ ਕੀ ਕਿਸ ਤਰ੍ਹਾਂ ਦੀਆਂ ਤਿੰਨ ਕਿਰਿਆਵਾਂ ਹੁੰਦੀਆਂ ਹਨ, ਇਹ ਬੇਟੇ ਤਿੰਨੇ ਯਾਦ ਕਰਨੀਆਂ ਨੇ ਤੁਸੀਂ। ਤਿੰਨਾਂ ਦਾ ਇੱਕ ਇੱਕ ਨੰਬਰ ਦਾ ਕੁਐਸਚਨ ਜਿਹੜਾ ਉਹ ਪੇਪਰ ਦੇ ਵਿੱਚ ਆਏਗਾ ਕਿ ਸੰਕਰਸ਼ਨ ਜਿਹੜਾ ਹੈ ਉਹ ਕੀ ਹੁੰਦਾ ਹੈ। ਸੰਕਰਸ਼ਨ ਬੇਟੇ ਜਿਹੜਾ ਜਿਹਦੇ ਵਿੱਚ ਨਦੀ ਦੇ ਤਲ ਨਾਲ ਵੱਡੇ ਵੱਡੇ ਚਟਾਨੀ ਪਾਰੇ ਪਾਰੇ ਪੱਥਰ ਜਿਹੜੇ ਨੇ ਰੁੜ ਕੇ ਨਾਲ ਆਉਂਦੇ ਨੇ, ਠੀਕ ਹੈ। ਤਲ ਦੇ ਨਾਲ ਰੁੜੇ ਹੋਏ ਵੱਡੇ ਵੱਡੇ ਪੱਥਰ ਦਰਿਆ ਦੇ ਨਾਲ, ਇਸ ਨੂੰ ਅਸੀਂ ਕਿਹੜੀ ਕਿਰਿਆ ਕਹਿੰਦੇ ਹਾਂ? ਸੰਕਰਸ਼ਣ ਦੀ ਕਿਰਿਆ ਕਹਿੰਦੇ ਹਾਂ, ਠੀਕ ਹੈ। ਦੂਸਰਾ ਕੀ ਹੁੰਦਾ ਹੈ ਕਿ ਕੁਝ ਇਸ ਤਰ੍ਹਾਂ ਦੀ ਸਮੱਗਰੀ ਹੁੰਦੀ ਹੈ, ਜਿਵੇਂ ਬਨਸਪਤੀ ਲਗਾ ਲਓ, ਛੋਟੇ ਛੋਟੇ ਜਿਹੜੇ ਇਸ ਤਰ੍ਹਾਂ ਦੇ ਚਟਾਨੀ ਟੁਕੜੇ ਹਨ, ਮਿੱਟੀਆਂ ਹਨ, ਉਹ ਕੀ ਹੁੰਦੇ ਹਨ ਕਿ ਲਟਕਵੀਂ ਅਵਸਥਾ ਦੇ ਵਿੱਚ ਨਦੀ ਦੇ ਪਾਣੀ ਦੇ ਵਹਾਅ ਦੇ ਨਾਲ ਨਾਲ ਚੱਲਦੇ ਹਨ, ਉਹਨੂੰ ਅਸੀਂ ਲਮਕਾ ਕਹਿੰਦੇ ਹਾਂ। ਸੋ ਦਰਮਿਆਨੀ ਅਤੇ ਸੂਖਮ ਸ਼੍ਰੇਣੀ ਦੀ ਸਮੱਗਰੀ ਇਹਦੇ ਵਿੱਚ ਆਉਂਦੀ ਹੈ। ਦਰਮਿਆਨੀ ਮੀਨ ਚਟਾਨਾਂ ਦਾ ਆਕਾਰ, ਪੱਥਰਾਂ ਦਾ ਆਕਾਰ ਇਹਦੇ ਵਿੱਚ ਆ ਜਾਏਗਾ। ਸੂਖਮ ਦਾ ਮਤਲਬ ਕੀ ਹੈ? ਛੋਟੇ ਛੋਟੇ, ਈਵਨ ਇਹਦੇ ਵਿੱਚ ਬਨਸਪਤੀ ਵੀ ਆਏਗੀ। ਥਰਡ ਸਾਡੇ ਕੋਲ ਕੀ ਹੈ? ਪਾਣੀ ਦੇ ਵਿੱਚ ਕਿਸ ਤਰ੍ਹਾਂ ਦੀ ਸਮੱਗਰੀ ਹੋ ਗਈ ਕਿ ਇੱਕ ਘੁਲੇ ਹੋਏ ਪਾਣੀ, ਪਾਣੀ ਦੇ ਵਿੱਚ ਬਹੁਤ ਸਾਰੀਆਂ ਚਟਾਨਾਂ ਜਿਹੜੀਆਂ ਨੇ ਉਹ ਕੀ ਹੁੰਦੀਆਂ ਨੇ? ਘੁਲਨਸ਼ੀਲ ਹੁੰਦੀਆਂ ਹਨ। ਅਤੇ ਜਦੋਂ ਇੱਕ ਪਾਣੀ ਜਿਹੜੇ ਦੇ ਵਿੱਚ ਚਟਾਨਾਂ ਦਾ ਘੁਲ ਜਾਣਾ, ਮਿੱਟੀਆਂ ਦਾ ਘੁਲ ਜਾਣਾ, ਹੋਰ ਵੀ ਕਈ ਚੀਜ਼ਾਂ ਜਿਹੜੀਆਂ ਨੇ ਪਾਣੀ ਦੇ, ਜਿਵੇਂ ਗੈਸਾਂ ਨੇ, ਉਹਨਾਂ ਦਾ ਹੋਣਾ, ਕਿਹੜੀ ਚਟਾਨ ਦੇ ਵਿੱਚ ਕਿਹੜੇ ਤੱਤ ਜ਼ਿਆਦਾ ਨੇ, ਕਿਹੜੇ ਖਣਿਜ ਜ਼ਿਆਦਾ ਨੇ, ਤਾਂ ਪਾਣੀ ਦਾ ਰੰਗ ਕਿਸ ਤਰ੍ਹਾਂ ਦਾ ਹੋ ਜਾਣਾ, ਇਹ ਸਾਰੇ ਜਿਹੜੇ ਨੇ ਬੇਟੇ ਨਦੀ ਦੀ ਢੋਆ ਢੁਆਈ ਦੇ ਕਾਰਜ ਦੇ ਵਿੱਚ ਆਉਂਦੇ ਹਨ। ਹੁਣ ਜਿਹੜੀ ਢੋਆ ਢੁਆਈ ਦਾ ਕਾਰਜ ਹੈ ਉਹ ਕਾਹਦੇ 'ਤੇ ਨਿਰਭਰ ਕਰਦਾ ਹੈ? ਨੋਟ ਕਰ ਲੈਣਾ, ਇਟ ਇਜ਼ ਵੈਰੀ ਇੰਪੋਰਟੈਂਟ ਕਿ ਜਦੋਂ ਦਰਿਆ ਚੱਲਦਾ ਹੈ, ਨਦੀ ਚੱਲਦੀ ਹੈ, ਤਾਂ ਉਹਦੇ ਵਿੱਚ ਕਿਹੜੀਆਂ ਕਿਹੜੀਆਂ ਚੀਜ਼ਾਂ, ਜਿਹੜੇ ਕਿਹੜੇ ਕਾਰਕ ਹਨ ਜਿਨ੍ਹਾਂ ਨੂੰ ਤੁਸੀਂ ਸੋਚਣਾ ਹੈ? ਇੱਕ ਤੇ ਨੰਬਰ ਇੱਕ ਦੇ ਉੱਤੇ ਮਲਬਾ। ਮਲਬਾ ਕੀ ਹੈ? ਅਪਰਦਿਤ ਸਮੱਗਰੀ। ਅਪਰਦਿਤ ਸਮੱਗਰੀ ਕਿਹੜੀ ਹੈ? ਜਿਹੜਾ ਕਿ ਦਰਿਆ ਨੇ ਆਪਣੇ ਨਾਲ ਖੁਰਚ ਕੇ ਲਿਆਂਦਾ ਹੋਇਆ ਮਾਲ ਹੈ, ਇਹ ਕਹਿ ਲਓ। ਜੇਕਰ ਉਹ ਜ਼ਿਆਦਾ ਹੈ ਤਾਂ ਨਦੀ ਦਾ ਭਾਰ ਜਿਹੜਾ ਹੈ, ਨਦ ਭਾਰ ਅਸੀਂ ਉਸਨੂੰ ਕਹਿੰਦੇ ਹਾਂ। ਕੀ ਕਹਿੰਦੇ ਹਾਂ? ਨਦ ਭਾਰ ਜ਼ਿਆਦਾ ਹੋਏਗਾ, ਠੀਕ। ਨਦ ਭਾਰ ਵਿੱਚ ਮਲਬੇ ਨੂੰ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ 'ਤੇ ਲਿਜਾਣ ਦੀ ਸ਼ਕਤੀ ਜਿਹੜੀ ਹੈ ਦਰਿਆ ਦੇ ਵਿੱਚ ਕਿੰਨੀ ਹੈ? ਨੰਬਰ ਦੋ। ਨੰਬਰ ਤਿੰਨ ਜਿਹੜਾ ਹੈ ਕਿ ਇਹੀ ਜਿਹੜਾ ਮਲਬਾ ਹੈ ਉਸ ਨੂੰ ਅੱਗੇ ਸਮੁੰਦਰਾਂ ਦੇ ਵਿੱਚ ਲੈ ਕੇ ਜਾਣਾ। ਢੋਆ ਢੁਆਈ ਦੇ ਵਿੱਚ ਇਹ ਤਿੰਨੇ ਚੀਜ਼ਾਂ ਆਉਂਦੀਆਂ ਨੇ। ਨਦ ਪਾਰ ਕਿੱਥੋਂ, ਕਿਹੜੇ ਸੈਕਿੰਡ ਅਵਸਥਾ ਦੇ ਵਿੱਚ, ਕਿੱਥੋਂ ਤੱਕ ਢੋਆ ਢੁਆਈ ਲੈ ਕੇ ਗਿਆ? ਥਰਡ ਅਵਸਥਾ ਦੇ ਵਿੱਚ, ਬਿਰਧ ਅਵਸਥਾ, ਬੁੱਢੀ ਅਵਸਥਾ ਦੇ ਵਿੱਚ ਕੀ ਉਹ ਓਨੀ ਸਮੱਗਰੀ ਨੂੰ ਦਰਿਆਵਾਂ ਦੇ ਵਿੱਚ ਲਿਜਾ ਕੇ ਸਿੱਟਦਾ ਵੀ ਹੈ? ਕੀ ਇਹ ਸੰਤੁਲਨ ਚੱਕਰ ਜਿਹੜਾ ਹੈ ਕੀ ਉਹ ਪੂਰਾ ਹੁੰਦਾ ਹੈ? ਇਹ ਸਾਰਾ ਇਸ ਦੇ ਉੱਤੇ ਡਿਪੈਂਡ ਕਰਦਾ ਹੈ। ਨੈਕਸਟ ਹੈ ਸਾਡੇ ਕੋਲ ਨਿਖੇਪਣ ਦੀ ਕਿਰਿਆ। ਵਟ ਡੂ ਯੂ ਮੀਨ ਬਾਏ ਡੈਪੋਜੀਸ਼ਨ? ਨਿਖੇਪ ਕੀ ਹੁੰਦੇ ਹਨ? ਜਿੰਨੀ ਸਮੱਗਰੀ ਅਪਰਦਿਤ ਕੀਤੀ ਗਈ ਉਹਨੂੰ ਦੂਸਰੀ ਜਗ੍ਹਾ 'ਤੇ ਲਿਆ ਕੇ ਢਹਿ ਢੇਰੀ ਕਰ ਦੇਣਾ, ਠੀਕ। ਇਹ ਇਸ ਨੂੰ ਅਸੀਂ ਨਿਖੇਪਣ ਦੀ ਕਿਰਿਆ ਕਹਿੰਦੇ ਹਾਂ। ਕੀ ਹੋ ਗਿਆ ਕਿ ਦਰਿਆ ਦੁਆਰਾ ਢੋ ਕੇ ਲਿਆਂਦਾ ਗਿਆ ਮਲਬਾ ਜਦੋਂ ਦਰਿਆ ਅੱਗੇ ਲਿਜਾਣ ਤੋਂ ਅਸਮਰੱਥ ਹੈ। ਅਸਮਰੱਥ ਦਾ ਮਤਲਬ ਕੀ ਹੈ? ਵਟ ਡੂ ਯੂ ਮੀਨ ਬਾਏ ਅਸਮਰੱਥ? ਕਿਉਂ ਬਈ? ਦਰਿਆ ਦੇ ਵਿੱਚ ਪਾਣੀ ਹੈ, ਅਪਰਦਿਤ ਸਮੱਗਰੀ ਹੈ, ਫਿਰ ਕੀ ਕਾਰਨ ਹੈ ਕਿ ਲਿਆਂਦਾ ਹੋਈ ਸਮੱਗਰੀ ਜਿਹੜੀ ਹੈ ਉਹ ਉਸਨੇ ਢਹਿ ਢੇਰੀ ਕਰਤੀ? ਨਿਖੇਪਣ ਦੀ ਕਿਰਿਆ ਜਿਹੜੀ ਹੈ ਉਹ ਸ਼ੁਰੂ ਹੋ ਗਈ। ਇਹ ਮਲਬੇ ਦੀ ਦਾ ਢੇਰੀ ਕਰਨਾ ਜਿਹੜਾ ਹੈ, ਇੱਕ ਜਗ੍ਹਾ ਦੇ ਉੱਤੇ ਜਮ੍ਹਾਂ ਕਰਨਾ ਜਿਹੜਾ ਹੈ, ਉਸਨੂੰ ਅਸੀਂ ਕੀ ਕਹਿੰਦੇ ਹਾਂ? ਨਿਖੇਪਣ ਕਹਿੰਦੇ ਹਾਂ, ਠੀਕ ਹੈ। ਤਾਂ ਦਰਿਆ ਦਾ ਨਿਖੇਪਣ ਦੇ ਲਈ ਕਿਹੜੀਆਂ ਕਿਹੜੀਆਂ ਜਿਹੜੀਆਂ ਕੰਡੀਸ਼ਨਸ ਹਨ, ਉਹ ਕਿਹੜੇ ਕਿਹੜੇ ਕਾਰਕ ਹਨ ਜਿਹੜੇ ਕਿ ਇਸ ਨੂੰ ਪ੍ਰਭਾਵਿਤ ਕਰਦੇ ਹਨ, ਠੀਕ ਹੈ। ਕਿਹੜੇ ਕਿਹੜੇ ਕਾਰਕ ਹਨ?
ਇੱਕ ਤੇ ਜਦੋਂ ਦੇਖੋ ਤੁਸੀਂ ਇਹ ਤਿੰਨੇ ਅਵਸਥਾਵਾਂ ਮੈਂ ਤੁਹਾਨੂੰ ਇਸ ਜਗ੍ਹਾ ਦੇ ਉੱਤੇ ਦਿਖਾਈਆਂ ਹੋਈਆਂ ਹਨ। ਠੀਕ ਹੈ, ਇਸ ਪਿਕਚਰ ਵੱਲ ਹੀ ਧਿਆਨ ਲਗਾਓ, ਪਹਾੜੀ ਇਲਾਕਾ ਹੈ, ਮੈਦਾਨੀ ਇਲਾਕਾ ਹੈ, ਅੱਗੇ ਤੁਹਾਡੇ ਕੋਲ ਇਹ ਜਿਹੜਾ ਸਮੁੰਦਰ ਦਾ ਇਲਾਕਾ ਹੈ। ਢਲਾਨ ਦੇ ਵਿੱਚ ਕਮੀ ਆ ਜਾਣਾ, ਇਟਸ ਵੈਰੀ ਇੰਪੋਰਟੈਂਟ ਫੈਕਟਰ। ਜਿੱਥੇ ਢਲਾਨ ਜ਼ਿਆਦਾ ਸੀ ਉੱਥੇ ਵੱਧ ਅਪਰਦਨ ਸੀ, ਹੁਣ ਢਲਾਨ ਜਿਹੜੀ ਹੈ ਬਿਲਕੁਲ ਘੱਟ ਗਈ ਹੈ। ਪਾਣੀ ਦੇ ਵਿੱਚ ਸਮੱਗਰੀ ਜਿਹੜੀ ਹੈ ਉਹ ਬਹੁਤ ਵੱਧ ਗਈ ਹੈ, ਤਾਂ ਇਹਦੇ ਨਾਲ ਕੀ ਆ ਗਿਆ ਕਿ ਜਲ ਧਾਰਾਂ ਦੇ ਮਾਰਗ ਵਿੱਚ ਕਿਸੇ ਰੁਕਾਵਟ ਦੇ ਆ ਜਾਣ ਨਾਲ, ਪਹਿਲੇ ਤਾਂ ਢਲਾਨ ਦੇ ਵਿੱਚ ਕਮੀ ਆ ਜਾਣ ਨਾਲ ਲਿਖੇਪਣ ਹੁੰਦਾ ਹੈ, ਦੂਸਰਾ ਜਿਹੜਾ ਹੈ ਜਲ ਧਾਰਾ ਦੇ ਮਾਰਗ ਦੇ ਵਿੱਚ ਕੋਈ ਰੁਕਾਵਟ ਆ ਜਾਵੇ, ਛੋਟਾ ਜਿਹਾ ਪਠਾਰ ਆ ਜਾਵੇ, ਧਰਾਤਲ ਦੀ ਉਚਾਈ ਵੱਧ ਜਾਵੇ ਤਾਂ ਰੁਕਾਵਟ ਆ ਗਈ, ਅੱਗੇ ਕੋਈ ਬਹੁਤ ਵੱਡੀ ਕੋਈ ਜਿਹੜੀ ਹੈਗੀ ਹੈ ਚਟਾਨ ਪਈ ਹੋਵੇ ਤਾਂ ਫਿਰ ਜਲ ਦੀ ਮਾਤਰਾ ਵਿੱਚ ਕਮੀ ਆ ਜਾਣਾ, ਕਈ ਵਾਰ ਜ਼ਿਆਦਾ ਬਾਰਿਸ਼ਾਂ ਦਾ ਨਾ ਹੋਣਾ, ਮੌਸਮ ਦੇ ਵਿੱਚ ਤਬਦੀਲੀ, ਇਸ ਦੇ ਨਾਲ ਵੀ ਜਿਹੜਾ ਹੈ ਨਿਖੇਪਣ ਦੀ ਕਿਰਿਆ ਪ੍ਰਭਾਵਿਤ ਹੁੰਦੀ ਹੈ। ਜਾਂ ਫਿਰ ਦਰਿਆ ਦੇ ਕੋਲ ਨਦ ਪਾਰੀ ਇੰਨਾ ਵੱਧ ਗਿਆ ਕਿ ਪਾਣੀ ਦੀ ਸਪੀਡ ਘੱਟ ਗਈ ਹੈ, ਉਹਦੇ ਕੋਲ ਚੱਲਿਆ ਹੀ ਨਹੀਂ ਜਾਂਦਾ, ਤਾਂ ਫਿਰ ਵੀ ਉਹ ਜਿਹੜਾ ਹੈ ਲਿਆਂਦਾ ਹੋਇਆ ਮਾਲ ਕੀ ਕਰੇਗੀ, ਨਿਖੇਪਿਤ ਹੋਏਗਾ ਮਾਲ। ਠੀਕ ਹੈ, ਸੋ ਨੋਟ ਕਰ ਲੈਣਾ ਕਿ ਢਲਾਨ ਵਿੱਚ ਕਮੀ, ਜਲ ਧਾਰਾ ਦੇ ਮਾਰਗ ਵਿੱਚ ਕੋਈ ਰੁਕਾਵਟ ਤਾਂ ਆ ਜਾਣਾ, ਮਾਤਰਾ ਵਿੱਚ ਜਲ ਦੀ ਮਾਤਰਾ ਦੇ ਵਿੱਚ ਕੋਈ ਕਮੀ ਆਉਣਾ, ਜਾਂ ਫਿਰ ਨਦ ਪਾਰ ਦਾ ਬਹੁਤ ਵੱਧ ਜਾਣਾ। ਇਹ ਸਾਰੇ ਫੈਕਟਰਸ ਨੇ ਬੇਟੇ ਜਿਹੜੇ ਕਿ ਨਿਖੇਪਣ ਨੂੰ ਪ੍ਰਭਾਵਿਤ ਕਰਦੇ ਹਨ। ਅਸੀਂ ਅੱਗੇ ਵਧਾਂਗੇ ਜਲੋੜ ਪੱਖਿਆਂ ਵੱਲ। ਹੁਣ ਬੇਟੇ ਜਲੋੜ ਵਰਡ ਆ ਗਿਆ, ਜਲੋੜ ਵਰਡ ਕੀ ਹੈ, ਦਿਸ ਇਜ਼ ਵੈਰੀ ਵੈਰੀ ਇੰਪੋਰਟੈਂਟ, ਬਿਕੋਜ਼ ਜਿਹੜਾ ਤੁਸੀਂ ਪੜ੍ਹਦੇ ਹੋ ਕਿ ਜਲੋੜ ਮਿੱਟੀਆਂ ਹਨ, ਹੁਣ ਜਲੋੜ ਮਿੱਟੀਆਂ ਕਿੰਨੇ ਬਣਾਈਆਂ, ਇੱਕ ਮਹਿਸੂਸ ਕੀਤੀ ਜਾਣ ਵਾਲੀ ਚੀਜ਼ ਹੈ ਕਿ ਪਹਿਲੇ ਅਸੀਂ ਕਦੇ ਮਹਿਸੂਸ ਨਹੀਂ ਕੀਤਾ ਸੀ ਕਿ ਜਲੋੜ ਮਿੱਟੀਆਂ ਲਈ ਇੱਕ ਦਰਿਆ ਨੂੰ ਇੰਨੇ ਪੜਾਅ ਪਾਰ ਕਰਨੇ ਪੈਂਦੇ ਹਨ, ਕਿੰਨੀ ਮਿਹਨਤ ਕਰਨੀ ਪੈਂਦੀ ਹੈ, ਇਨ ਸਖਤ ਮਿਹਨਤ ਤੋਂ ਬਾਅਦ ਦਰਿਆ ਦੇ ਵੱਡੇ ਵੱਡੇ ਚਟਾਨਾਂ ਦੇ ਟੁਕੜਿਆਂ ਨੂੰ ਤੋੜਨ ਤੋਂ ਬਾਅਦ ਛੋਟੇ ਟੁਕੜੇ ਅਤੇ ਛੋਟੇ ਛੋਟੇ ਟੁਕੜਿਆਂ ਨੂੰ ਅੱਗੇ ਜਿਹੜੇ ਨੇ ਇੱਕ ਦੂਜੇ ਨਾਲ ਰਗੜ ਕੇ ਕੋਈ ਜਿਹੜਾ ਹੈ ਉਹਦੇ ਵਿੱਚ ਜਿਹੜਾ ਇਰੋਸ਼ਨ ਦਾ ਵਰਕ ਹੋ ਕੇ ਕੀ ਬਣਦਾ ਹੈ, ਜਲੋੜ ਮਿੱਟੀਆਂ ਬਣਦੀਆਂ ਹਨ। ਦਰਿਆ ਦੁਆਰਾ ਢੋ ਕੇ ਲਿਆਂਦੀ ਗਈ ਮਿੱਟੀ ਦੇ ਨਿਖੇਪ ਹੋ ਜਾਣ ਦੇ ਨਾਲ ਕੀ ਬਣਦੇ ਹਨ, ਜਲੋੜ ਮਿੱਟੀ ਬਣਦੀ ਹੈ। ਸਮਝ ਗਏ ਕਿ ਜਦੋਂ ਵੀ ਜਲੋੜ ਮਿੱਟੀ ਆਵੇ, ਅਲਿਊਵੀਅਲ ਸੋਇਲ ਆਏ, ਤਾਂ ਤੁਸੀਂ ਇਸ ਵੱਲ ਜ਼ਰਾ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ। ਜਲੋੜ ਪੱਖੇ ਕੀ ਹਨ, ਜਦੋਂ ਭੂਮੀ ਦੀ ਢਾਲ ਘੱਟ ਜਾਵੇ ਅਤੇ ਨਦੀ ਜਿਹੜੀ ਹੈ ਆਪਣੇ ਦੁਆਰਾ ਲਿਆਂਦੇ ਗਏ ਵੱਡੇ ਵੱਡੇ ਜਿਹੜੇ ਪੱਥਰ ਹਨ ਜਾਂ ਛੋਟੇ ਪੱਥਰ ਹਨ ਉਹ ਆਪਣੇ ਨਾਲ ਅੱਗੇ ਲਿਜਾਣ ਤੋਂ ਅਸਮਰੱਥ ਹੋਵੇ ਤਾਂ ਕੀ ਹੋਏਗਾ ਕਿ ਉਹ ਪਰਬਤਾਂ ਦੇ ਪੈਰਾਂ ਦੇ ਵਿੱਚ ਜਾਂ ਫਿਰ ਅੱਗੇ ਮੈਦਾਨੀ ਇਲਾਕੇ ਦੇ ਵਿੱਚ ਉਹ ਇਸ ਨੂੰ ਇਕੱਠਾ ਕਰਨਾ ਸ਼ੁਰੂ ਕਰ ਦੇਗੀ। ਸੀ ਇਨ ਦਾ ਪਿਕਚਰ ਕਿ ਇਹ ਜਿਹੜੀ ਹੈ ਇੱਥੇ ਜਦੋਂ ਪਹਾੜ ਇੱਥੋਂ ਦਰਿਆ ਜਿਹੜਾ ਹੈ ਉਹ ਆ ਰਿਹਾ ਹੈ ਤਾਂ ਇਸ ਇਲਾਕੇ ਦੇ ਵਿੱਚ ਕੀ ਹੋਇਆ ਹੈ ਕਿ ਉਸਨੇ ਆਪਣੇ ਨਾਲ ਲਿਆਂਦੀ ਗਈ ਚਟਾਨਾਂ ਦੇ ਟੁਕੜੇ, ਮਿੱਟੀ, ਭਾਰੇ ਪਦਾਰਥ ਜਿਹੜੇ ਹਨ ਉਹ ਇੱਥੇ ਵਿਛਾਉਣੇ ਸ਼ੁਰੂ ਕਰ ਦਿੱਤੇ ਆਪਣੀ ਸਾਈਡਸ ਦੇ ਉੱਤੇ। ਹੌਲੀ ਹੌਲੀ ਜਦੋਂ ਦਰਿਆ ਲਗਾਤਾਰ ਇਹ ਪ੍ਰੋਸੈਸ ਕਰਦਾ ਜਾਂਦਾ ਹੈ, ਆਪਣੇ ਨਾਲ ਲਿਆਂਦੀ ਗਈ ਅਪਰਦਿਤ ਜਿਹੜੀ ਸਮੱਗਰੀ ਹੈ ਉਸਨੂੰ ਨਿਖੇਪ ਕਰਦਾ ਜਾਂਦਾ ਹੈ, ਉਹਦੇ ਨਾਲ ਸਾਨੂੰ ਸਾਰਿਆਂ ਤੋਂ ਪਹਿਲਾਂ ਪਹਾੜਾਂ ਦੇ ਪੈਰਾਂ ਦੇ ਵਿੱਚ ਨਿਖੇਪਣ ਮਿਲਦਾ ਹੈ, ਜਿਸ ਨੂੰ ਅਸੀਂ ਕੀ ਕਹਿੰਦੇ ਹਾਂ, ਜਲੋੜ ਪੱਖੇ ਕਹਿੰਦੇ ਹਾਂ। ਪੱਖਿਆਂ ਤੋਂ ਭਾਵ ਕੀ ਹੈ, ਜਦੋਂ ਇੱਕ ਜਗ੍ਹਾ ਦੇ ਉੱਤੇ ਇੱਕ ਕੋਣ ਦੇ ਆਕਾਰ ਦਾ ਫੀਚਰ ਬਣ ਜਾਣਾ, ਪੱਖਿਆਂ ਵਾਂਗੂ ਅਲੱਗ ਅਲੱਗ, ਜਿਵੇਂ ਇੱਕ ਧਾਰਾ ਜਲ ਦੀ ਜਿਹੜੀ ਹੈਗੀ ਆ ਉਹ ਉਹਦੇ ਨਾਲ ਲਿਆਂਦੀ, ਫਿਰ ਦੂਸਰੀ ਜਗ੍ਹਾ ਦੇ ਜਲ ਦੀ ਧਾਰਾ ਦਾ ਜਾਣਾ, ਤੀਸਰੀ 'ਤੇ ਜਾਣਾ, ਹੌਲੀ ਹੌਲੀ ਪੱਖੇ ਦੀ ਤਰ੍ਹਾਂ ਜਿਹੜੀ ਹੈ ਅਪਰਦਿਤ ਕੀਤੀ ਗਈ ਸਮੱਗਰੀ ਦਾ ਇਕੱਠੇ ਹੋ ਜਾਣਾ।
ठीक है। अगे साडे कोल आउंदे हन मियांडर्स। मियांडर्स की हन? विसरपन कहिंदे ने, नदी विसरपन। जे पंजाब वल झाती मारीए ते जिथे साडे कोल सतलुज दा दरिया है, जेकर फिरोजपुर, गुरदासपुर, हुशियारपुर, अमृतसर दे अपर वल नूं जाइए तां सानू जिहड़ी है नदी दे विसरपन मोड़ अक्सर दिखाई दिंदे हन। दरिया जिहड़ा सतलुज है, थोड़ा जिहा रावी दा हिस्सा, इन्नी ज़्यादा लियांदी गई समगरी है कि दरिया अपने नाल लैके जाण तों असमर्थ है। तां दरिया दी बुढ़ी अवस्था जिहड़ी है साडी स्टेट दे विच दी लंघदी है। ओदे नाल पहला फीचर यह है कि नदी दे प्रवाह जिहड़ा है वह मठा पै जांदा है, ते थोड़ी जिही राह दे विच रुकावट आई। जेकर इस मोड़ दी गल करिए तां इत्थे साडे की है, साडे कोले पहाड़ है, ठीक है, कोई उच्ची जगह आ गई तां इत्थों नदी सीधी वगन दी जगह वल पा के चलना शुरू हो गई। ठीक है, जदों नदी वल पा के चलना शुरू हो जावे तां उहदे इक किनारे दे उत्ते इह जिहड़ा है तुहानूं इह बुढ़ी अवस्था प्रौढ़ जिहड़ी है बिरध अवस्था दा जिहड़ा है जिक्र आया है। ठीक है, इक जगह दे उत्ते इत्थे देखो इत्थों दरिया गया तां इस जगह दे उत्ते की होया, अपरदन होया। दोनों क्रियावां नाल नाल चलदियां ने, अपरदन दी क्रिया भी इत्थे नाल चलदी है और नाल ही नाल अनखेपन भी हुंदा जांदा है। ठीक है, इत्थे की होया बोलो, इत्थे बेटे अपरदन दी क्रिया हुई। क्यों होया? क्योंकि इत्थों पानी दा वेग जाके जिहड़ा है जल प्रवाह इत्थे जाके सीधा लगेगा, इत्थों खुरचिया जाएगा जिन्नी समगरी है, और डिपॉजिट करी केड़ी साइड ते करेगी? दूसरी साइड दे उत्ते। तां की हो जाएगा? जदों अपरदन ते निखेपन दे नाल वल पा के नदी चलना शुरू करदी है, इस नूं असीं मियांडर्स कहिंदे हां। ते अगे साडे कोल की हन? ऑक्सबो लेक्स। इहदा ही इक हिस्सा है लेकिन अनदर फीचर दे नाम नाल जाणिया जांदा है, तनुखाकारी झीलां। तनुखाकार दा मतलब की हुंदा है? ऑक्सबो लेक। बल्द दे पैर जिस आकार दे हुंदे हन, घोड़े दे खुर जिस आकार दे हुंदे हन, उस तरह दियां झीलां दा निर्माण हो जाना। किवें हुंदा वे? इही तुहाडा इह दरिया दा रस्ता दिखाया, दरिया कोलों चलिया नहीं सी जांदा तां उहने वल पा के इस तरह करके चलना। आ देखो, इस तरह इसने चलना शुरू कर दिता। इस दे नाल की हो गया कि एक इस तरह की अवस्था आई तां उस दे विच कि दरिया वल पा के इन्ना वल पा के चलन की थां उन्हें सीधा चलना शुरू कर दिता, ते पासे उत्ते ये तनुख आकारी जिहड़ियां झीलां हन ये बन गईयां। बहुत ब्यूटीफुल फीचर जिहड़ा सानू लगदा है, इस नूं असीं ऑक्सबो लेक कहिंदे हाँ। फिर साडे कोले बेटे आ जांदे ने हड़ दे मैदान। जदों दरिया जिहड़ा है, जदों बरसात दा मौसम होवे तां किनारियां दा जिहड़ा इलाका इहदे उत्ते निखेपन ज़्यादा हो जावे, किनारियां दे उत्ते, ते वड्डे वड्डे किनारे नदियां दे बने होए सानू नज़र आउंदे ने, इहनां नूं असीं की कह दिंदे हां? कुदरती बन कह दिंदे हाँ। की कहिंदे हाँ? कुदरती बन। ते जदों पानी इन्ना कुदरती, जदों होर ज़्यादा पानी दा जिहड़ा है बरसात बहुत ज़्यादा होवे तां आस पास दे इलाकियां दे विच हड़ां दे रूप दे विच पानी आस पास दे इलाकियां विच दाखल हो जावे, उस नूं असीं की कहने हाँ? हड़ दे मैदान। ते मिट्टी केड़ी है? तुहानूं सुक्की होया दिखाया, मिट्टी केड़ी नज़र आ रही है? अलूवियल सॉयल नज़र आ रही है। ठीक है, अगे साडे कोले लास्ट दे विच है डेल्टा। वेरी वेरी इंपॉर्टेंट कि जदों डेल्टा किवें बनता है, जदों दरिया बिरध अवस्था दे विच हुंदा है तां शक्ति पानी दे जिहड़ी विचली शक्ति है ते वेग है वह बहुत ज़्यादा घट जाता है। ठीक है, घटन दे नाल जिथे दरिया दे नाल नदी ने मिलना है उत्थे बहुत ज़्यादा जिहड़ी है अलग अलग तरावां दे रूप दे विच वह वंडी जाती है, जिस नूं असीं की कहिंदे हाँ? डेल्टा कहिंदे हाँ। बिल्कुल साडे कोले देखो इत्थे जिहड़ी दरिया है ये लास्ट अवस्था दे विच
डेल्टा दे रूप दे विच जिहड़ा है ये तुहानू मिल रहा है। दुनिया का सब तो वधिया जिहड़ा है वड्डा डेल्टा वह गंगा ते ब्रह्मपुत्रा का ये डेल्टा तिकोने आकार का तुहानू नज़र आ रहा है। उम्मीद है तुहानू ये लैक्चर पसंद आया होगा। एनी क्वारी यू कैन कॉल मी एट 9888205947। That's all. Thank you.